वाइन लॉन्ड्री वीडियो स्पैशली इस करके बनानी पै रही है कि इतने एक जो अं चार पाँच दिन पहले आए ही इतने एक बड़ी हासोहीन घटना हुई ही ली कितने काटना पे होजूगा No phone number. Lee. It's okay. No phone number. It's okay. How much? $24. India da 2000 rupiya. Main de. Chalda Kim Jong Un Lee Junior. Itthe ji mera naam hai laundry ch Kim Jong Un Lee Junior. North Korea wala. Kyunki South Korea de. Mainu inna di bhasha nahi aundi. Annyeong. 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 Acha ho sariyan honi hai. कपड़े तो होंगे $24 अच्छा हाँ मशीन सारे मशीन डोर हौली बंद करो बड़ी महंगी लॉन्ड्री मिस्टर ली चल आ जाओ Kim Jong सो हासे की गल ना इन्होंने अपना शुरू दस्या Kim Jong Un Lee Junior ते वड्डे भरा दा हैगा Kim Jong Un Lee सीनियर ओए तू कौद थले कर थले तू कड़े फोटो कड़ी बाबी दी डया आराधना करन की बन डया की खबर आई है भोंग पा की खबर आ की खबर आ तीन समेन सरी का मशहूर प्लासा पायल प्लासा कहते हैं ये साढ़े वर्ग के लोग जो रेस्टोरेंट का काम करते हैं यूरोप के वो देख सकते चल डेली स्पेशल तो लगते ही तुम रेट वगैरह देख सकते हैं वाह जी वाह थैंक यू ऐसा परौंठे परौंठे लगते हैं इतने रेस्टोरेंटा के सो प्लेट के दो परौंठे होंगे नाल दही तो चार देसी खाना जानी के वादू इतने नहीं मैं तेरे पता कैमरा भी किया एक चीज़ हैगी वाकई सर्विस का चले कुड़ियाँ वगैरह उदा चंगियाँ भी कर दी सर्विस भी जो स्टूडेंट वगैरह है पर इन्हों का कसूर नहीं इन्होंने कित होर किया नहीं होंगे भी जो बेसिक फंडामेंटल है ना वो इतने लोगों हाँ वह इतने मेजोरिटी रेस्टोरेंट्स नहीं पता हाँ इन्हों नहीं पता हाँ तो जो यूरोप के रेस्टोरेंट का काम वगैरह जिन्होंने किया जिन्होंने किसी ने ग्रीक से किया किसी ने इटालियन से किया किसी ने कितने किया उन्होंने वो चीज़ा एक्सपीरियंस हों ਉਹ ਨਹੀਂ ਇੱਥੇ ਮੈਂ ਚੰਗੇ ਚੰਗੇ ਰੈਸਟੋਰੈਂਟਾਂ ਤੇ ਵੀ ਗਿਆ ਉਹ ਚੀਜ਼ ਨਹੀਂ ਹੈਗੀ 15 ਦਿਨ ਹੋਏ ਆ ਰੋਟ ਤੇ ਵਾਲਾ ਹੀ ਕੰਮ ਨਹੀਂ ਤਾਂ ਰੋਟ ਤੇ ਆ ਜਾਂਦੇ ਉਹੀ ਨਾ ਇਹਨਾਂ ਦੀ ਗਲਤ ਅਸੀਂ ਵੀ ਜਦੋਂ ਮੰਨ ਲਓ ਅਸੀਂ ਜਦੋਂ ਪਹਿਲੇ ਰੈਸਟੋਰੈਂਟ ਤੇ ਲੱਗੇ ਸਾਡੇ ਕੋਲ ਵੀ ਉਹ ਜਾਣਕਾਰੀਆਂ ਨਹੀਂ ਸੀ ਜਦੋਂ ਅਸੀਂ ਨਵੇਂ ਤੇ ਗਏ ਉਹ ਹੋਰ ਵਧੀਆ ਰੈਸਟੋਰੈਂਟ ਤੇ ਕੀਤਾ ਉੱਥੋਂ ਹੋਰ ਕੁਝ ਸਿੱਖਿਆ ਪਰ ਇੱਥੇ ਗੱਲ ਕੀ ਹੈ ਇਹਨਾਂ ਨੇ ਇੱਥੋਂ ਹਟ ਕੇ ਜਿੱਥੇ ਜਾਣਾ ਉੱਥੇ ਵੀ ਸੇਮ ਹੀ ਕੰਮ ਹੋਣ ਡਿਆ ਹਾਂ ਇਹ ਚੱਕਰ ਨਾਲ ਹੀ ਘਰੋਂ ਆਏ ਆ ਹਾਂ ਮਾਰ ਖਾਨ ਨੂੰ ਥੋੜਾ ਟਾਈਮ ਹਾਂ ਮਾਰ ਖਾਨ ਨੂੰ ਟਾਈਮ ਲੱਗਾ ਇੱਕ ਜਿਹੜਾ ਕੱਚਾ ਹੋਣਾ ਨਾ ਜਿਹੜਾ ਇੱਕ ਟਾਈਮ ਆਫ ਫਰੇਮ ਬੰਦੇ ਨੇ ਕੱਚਾ ਰਹਿਣਾ ਨਾ ਉਹ ਬੰਦੇ ਨੂੰ ਬਹੁਤ ਕੁਝ ਸਿਖਾਉਂਦਾ ਜਿਹੜੀ ਉਹ ਧੌਣ 'ਚ ਇਕੱਲਾ ਹੁੰਦਾ ਨਾ ਅਸਲ 'ਚ ਉਹ ਕੱਚੇ ਰਹਿ ਕੇ ਹੀ ਬੰਦੇ ਦੇ ਨਿਕਲਦਾ ਧੌਣ 'ਚੋਂ
ਜ਼ਿੰਦਗੀ ਉਹੀ ਦੱਸਦਾ ਹੈ ਜ਼ਿੰਦਗੀ ਉਹਦਾ ਇੱਥੇ ਮੇਰੀ ਨਾ ਕਹਿੰਦੀ ਜੋ ਮੁੰਡਾ ਹੈ ਇੱਥੇ ਸਿੱਧਾ ਆ ਜਾ ਨੂੰ ਆਨੇ ਨੂੰ ਵਰਗ ਪਰਮ ਨੂੰ ਮਿਲ ਜਾ ਸਾਰਾ ਉੱਥੇ ਉਹਨਾਂ ਦੀ ਪਾਸਪੋਰਟ ਵੀ ਕਿਸੇ ਨੂੰ ਫੜਾ ਜਾ ਹੋਣਾ ਬਈ ਆ ਫੜ ਲਾ ਹੈ ਤੇ ਚੰਗੀ ਗੱਲ ਆ ਵੀ ਇਹਨਾਂ ਮੁਲਕਾਂ ਵਾਸਤੇ ਕਿ ਆਪਾਂ ਨੂੰ ਦੇ ਦਿੰਦੇ ਆ ਪੇਪਰ ਪਰ ਗੱਲ ਇਹ ਆ ਨਾ ਵੀ ਕਈ ਵਾਰੀ ਜਿੱਦਾਂ ਕਹਿੰਦੇ ਨਾ ਰੋਟੀ ਖਾਣੀ ਤੇ ਚੰਗੀ ਗੱਲ ਆ ਪਰ ਭੁੱਖ ਵੀ ਬੜਾ ਕੁਛ ਸਿਖਾਉਂਦੀ ਆ ਉਹ ਹਿਸਾਬ ਆ ਸਵਾਦ ਤਾਂ ਭੁੱਖ ਨੇ ਦੇਣਾ ਹਾਂ ਹਾਂ ਸਾਨੂੰ ਜੇ ਭੁੱਖ ਨਹੀਂ ਲੱਗੀ ਤਾਂ ਪਰੌਠੇ ਨੇ ਸਵਾਦ ਹੀ ਨਹੀਂ ਦੇਣਾ ਕੋਈ ਐਸੀ ਚੀਜ਼ ਨਹੀਂ ਗੀ ਜਿਹੜੀ ਤੁਸੀਂ ਮਿਸ ਕਰੋਗੇ ਸ਼ਾਇਦ ਇੰਡੀਆ 'ਚ ਵੀ ਉਹ ਚੀਜ਼ਾਂ ਨਹੀਂ ਮਿਲਦੀਆਂ ਜਿਹੜੀਆਂ ਤੁਹਾਨੂੰ ਸਰੀ ਦੇ ਵਿੱਚ ਮਿਲ ਜਾਣਗੀਆਂ ਇਹ ਵੀ ਆਪਣੇ ਪੰਜਾਬੀਆਂ ਦੀ ਆਈ ਥਿੰਕ ਹੈ ਨਾ ਫਰੈਂਚਾਈਜ਼ੀ ਅਤੇ ਦਲਜੀਤ ਭਾਅ ਜੀ ਇਹਨਾਂ ਦੀ ਐਡ ਕਰਦੇ ਹੁੰਦੇ ਆ ਫਰੂਟੀ ਕਾਨਾ ਆ ਗਿਆ ਆ ਗਿਆ ਮੈਂ ਪੰਜਾਬੀ ਅਖਬਾਰਾਂ ਦੱਸ ਰਿਹਾ ਸੀ ਖਿੱਚਦੀ ਆ ਅੱਛਾ ਇੱਦਾਂ ਖਿਚਾਉਣੀ ਆ ਖਿੱਚੀ ਗਈ ਆ ਅੱਛਾ ਅੱਛਾ ਖੜਾ ਨਹੀਂ ਹੁੰਦਾ ਸੀ ਜਿਹੜੇ ਕੰਡੇ ਪੈਰਾਂ ਚ ਪਰ ਇਹ ਇਹਨਾਂ ਦਾ ਜਾਨੀ ਕਿ ਮੇਨ ਤੇ ਫਿਰ ਚੀਜ਼ਾਂ ਨਾ ਪੜੇ ਕਦੀ ਵੱਡੀ ਫਰੜ ਕਲੋਜੀ ਚਲ ਉਹ ਤੇ ਯਾਦ ਇੰਡੀਅਨ ਰੈਸਟੋਰੈਂਟਾਂ ਦੇ ਚੀਜ਼ਾਂ ਵਰਤੀਆਂ ਆਉਂਦੀਆਂ ਨਾ ਸਲੇਟੀਆਂ ਤੇਜਾ ਇਹ ਕੰਮ ਹੈਗਾ ਵਾ ਸਾਰਾ ਕੁਝ ਮਿਲ ਜਾਂਦਾ ਇੱਕ ਮਰੇ ਬੰਦੇ ਦੀ ਜਾਨ ਨਹੀਂ ਪੈਂਦੀ ਬਾਕੀ ਸਭ ਕੁਝ ਮਿਲ ਜਾਂਦਾ ਸਰੀ ਜਣੀ ਇੰਗਲਿਸ਼ ਦੀ ਲੋੜ ਹੈਗੀ ਜਿੱਥੇ ਮਰਜ਼ੀ ਚਾਹੇ ਬੈਂਕ ਪੁਲਿਸ ਜਿੱਥੇ ਮਰਜ਼ੀ ਤੁਸੀਂ ਫੋਨ ਚੱਕੋ ਭਾਵੇਂ ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿਓ ਸਤਿ ਸ੍ਰੀ ਅਕਾਲ ਕਹਿ ਸਕਦੇ ਸਤਿ ਸ੍ਰੀ ਅਕਾਲ ਸਾਡੇ ਘਰੇ ਅੱਗ ਲੱਗ ਗਈ ਜਿੰਦੀ ਜਸਵਾਲ ਫੁੱਲ ਮੋੜ ਚਾ ਮੈਂ ਕਿਹਾ ਜਿੰਦੀ ਜਸਵਾਲ ਖਾਤਰਦਾਰੀ ਦੇ ਮੋੜ ਚਾ ਪੂਰਾ ਹੈ ਨਾ ਹੁਣ ਬੱਕਰਾ ਖਵਾਉਣਾ ਕਹਿੰਦਾ ਅਤੇ ਲਓ ਜੀ ਰੇਟ ਤਾਂ ਵਿਸਕੀਆਂ ਦੇ ਵੀ ਫਾਈਨਲੀ ਆਪਾਂ ਦੇਖ ਲਈਏ $50 ਪਲੱਸ ਜੇ ਟੈਕਸ ਆ 13-15% ਹੈ ਨਾ ਆਈ ਥਿੰਕ ਸੋ ਇਹ ਜੇ ਇਹਦੇ 'ਤੇ $8-9 ਹੋਰ ਐਡ ਕਰ ਲਓ ਹੈ ਨਾ $60 ਦੀ ਬੋਟਲ ਆ ਜੈਮਸਨ ਦੀ 1 ਲੀਟਰ ਦੀ ਡੈਮ ਐਕਸਪੈਂਸਿਵ ਮੈਨ ਮੈਂ ਵੀ 48 ਜਾਣੀ ਕਿ ਵੀ $56-57 ਦੀ ਬਣਨੀ ਕਿਤੇ ਜਾ ਕੇ $56-57 ਅਪਰੋਕਸੀਮੇਟਲੀ ਆਪਾਂ ਲਾ ਲਈਏ 40 ਯੂਰੋ ਇੱਥੇ ਕੋਈ ਗੱਲ ਬਣੀ ਗ੍ਰਾਂਡ ਦੀ 1.7 ਲੀਟਰ ਆਹ ਵੇਖ ਲਓ ਸਾਡੇ ਮੇਰੇ ਖਿਆਲ ਨਾਲ ਪਤਾ ਨਹੀਂ ਬਾਹਲੀ ਸਸਤੀ ਆ ਫੇਮਸ ਕਰੋਸੀ ਮੈਨੂੰ ਲੱਗਦਾ 10 ਤੋਂ ਥੱਲੇ ਹੀ ਆ ਇਹਦਾ ਰੇਟ ਉੱਥੇ ਅਤੇ ਇੱਥੇ 42 ਦੀ ਲੱਗੀ ਹੈ ਅਤੇ 750 ml ਦੀ 27 ਦੀ ਅਜੇ ਟੈਕਸ ਨਹੀਂ ਆਪਾਂ ਇਹਦੇ 'ਚ ਪਾ ਰਹੇ ਸੋ ਮੋਰ ਔਰ ਲੈਸ ਤੁਸੀਂ ਜ਼ਿੰਦਗੀ ਦਾ ਅੰਦਾਜ਼ਾ ਲਾ ਸਕਦੇ ਹੋ ਇੱਥੇ ਵੀ ਕਿੱਦਾਂ ਦੀ ਇੱਥੇ ਪੰਜਾਬ ਵਾਲਾ ਮਾਹੌਲ ਤਾਂ ਪੂਰਾ ਪਰ ਨਾਲ ਦੀ ਨਾਲ ਚੀਜ਼ਾਂ ਦੇ ਰੇਟ ਰੂਟ ਮਹਿੰਗਾਈ ਸੁੱਖ ਨਾਲ ਪੂਰੀ ਡਰਾਉਣੀ ਆ ਇੱਥੇ ਆਹੀ ਹਾਲ ਆ ਸਵੇਰ ਦਾ ਅਤੇ ਆਹ ਵੀਰ ਸੀ ਜਿਹਨੇ ਆਪਾਂ ਨੂੰ ਟੈਸਲਾ ਉਦੋਂ ਦੀ ਦਿੱਤੀ ਆ ਉਧਾਰੀ ਇਹ ਆਪਣੀ ਆ ਕਿਸੇ ਹੋਰ ਦੀ ਨਹੀਂ ਖੋਲ੍ਹੀ ਜਾਂਦੇ ਹਾਂ ਮੈਨੂੰ ਤਾਂ ਨੰਬਰ ਯਾਦ ਨਹੀਂ ਹੈਗਾ ਹੁਣ ਜਾਣਾ ਮਾੜਾ ਜਿਹਾ ਵੈਨਕੂਵਰ ਉਹ ਗਾਣੇ ਨਹੀਂ ਲੱਗਾ ਲਾਉਣ ਤੈਨੂੰ ਸਟ੍ਰਾਈਕ ਦੀ ਫਿਕਰ ਪੈ ਗਈ ਹੈ ਲੈ ਵੀ ਮੈਂ ਚਲਾਈ ਭਾਅ ਜੀ ਮੈਂ ਮੰਨਦਾ ਵੀ ਇਸ ਇਹੜੀ ਗੱਡੀ ਤੋਂ ਸੌਖੀ ਚਲਾਉਣ ਵਾਲੀ ਗੱਡੀ ਨਹੀਂ ਕੋਈ ਹੋ ਸਕਦੀ ਕੁਛ ਵੀ ਨਹੀਂ ਕਰਨਾ ਯਾਰ ਬਾਰੀ ਖੋਲ ਕੇ ਤੇ ਬਹਿਣਾ ਹੀ ਆਣਾ ਹੱਥ ਰੱਖਣਾ ਆ ਬਸ ਸਹੀ ਗੱਲ ਆ ਵੀ ਬਹੁਤ ਹੀ ਈਜ਼ੀ ਹੈ ਨਾ ਬਾਕੀ ਮੈਨੂੰ ਲੱਗਾ ਵੀ ਇਹ ਭਰਾਵਾ
ਵੀ ਬੈਸਟ ਆ ਹਨਾ ਫਿਊਚਰ ਇਦਾਂ ਹੀ ਹੋਈ ਜਾਣਾ ਬੰਦੇ ਦੇ ਉੱਤੋਂ ਘਟਾਈ ਜਾਣੀ ਇਹਨਾਂ ਨੇ ਬੰਦੇ ਦੀ ਹਨਾ ਲਾਇਬਿਲਿਟੀ ਹਾਂ ਮਸ਼ੀਨਾਂ ਮਸ਼ੂਨਾਂ ਤੇ ਹਾਂ ਐਕਸੀਡੈਂਟ ਹਾਂ ਐਕਸੀਡੈਂਟਾਂ ਤੋਂ ਕਾਫੀ ਬਚਾ ਸਕਦੀ ਹੈ ਹਿਊਮਨ ਐਰਰ ਨੂੰ ਬਹੁਤ ਘੱਟ ਕਰ ਦਿੰਦੀ ਹੈ ਜਿਹੜੀ ਮਾਲਾ ਆ ਉੱਡ ਪੁੱਟ ਜਾਣੀ ਆ ਸੋ ਇਹ ਆ ਜੀ ਪਟੋਲੋ ਪੁੱਲ ਬ੍ਰਿਟਿਸ਼ ਕੋਲੰਬੀਆ ਜਿਹੜੇ ਸੂਬੇ 'ਚ ਅਸੀਂ ਘੁੰਮਦੇ ਇੱਥੇ ਦਾ 22ਵਾਂ ਮੁੱਖ ਮੰਤਰੀ ਹੋਇਆ 1933 ਤੋਂ ਲੈ ਕੇ 41 ਤੱਕ ਥੋਮਸ ਪਟੋਲੋ ਉਸ ਦਾ ਨਾਂ ਸੀ ਅਤੇ ਉਸਦੇ ਨਾਂ 'ਤੇ ਪੁੱਲ ਤਿਆਰ ਹੋਇਆ ਅਤੇ ਇਹ ਜਿਹੜੀ ਤੁਸੀਂ ਦੇਖ ਸਕਦੇ ਹੋ ਟ੍ਰੇਨਾਂ ਦਾ ਪੁੱਲ ਆ ਸੋ ਉਹ ਟ੍ਰੇਨਾਂ ਦਾ ਪੁੱਲ ਆ ਇਹ ਆ ਪੁੱਲ ਆ ਜੀ ਇਹ ਨਦੀ ਜਾਂਦੀ ਆ ਅਮਰੀਕਾ ਨੂੰ ਜਾਂਦੀ ਆ ਦੇਖ ਸਕਦੇ ਹਾਂ ਅਤੇ ਹੋਰ ਤੁਹਾਨੂੰ ਹੋਰ ਵੀ ਤੱਥ ਸਾਂਝੇ ਕਰਦੇ ਹਾਂ ਵਿਚਾਰਿਆਂ ਦੀ ਸ਼ਕਲ ਤਾਂ ਨਹੀਂ ਵਿਖਾਉਣੀ ਅਤੇ ਇੱਥੇ ਇੱਕ ਹੋਮਲੈਸ ਬੜੀ ਵੱਡੀ ਪ੍ਰੋਬਲਮ ਆ ਹੈ ਨਾ ਇੱਟ ਲਫਾਫਾ ਦੇ ਦੇ ਬਈ ਬਾਟੀ ਇੱਟ ਦੇ ਦੇ ਬਾਟੀ ਨੂੰ ਦੇ ਦੇ ਮੇਰੇ ਦੇ ਦੇ ਸਾਰੇ ਇੱਕ ਲਫਾਫਾ ਦੇ ਦੇ ਸਾਰੇ ਇਹਨਾਂ ਨੂੰ ਛੋਟਾ ਦੇ ਦੇ ਜਾਂ ਬੜਾ ਦੇ ਦੇ ਜਿਹੜਾ ਮਰਜ਼ੀ ਦੇ ਦੇ ਜਾਂ ਦੇਣਾ ਹੀ ਬਸ ਆ ਜਾ ਇੱਥੇ ਇੱਕ ਬੜੀ ਤਕੜੀ ਪ੍ਰੋਬਲਮ ਆ ਵੱਡੇ ਮਹਿੰਗੇ ਸ਼ਹਿਰਾਂ ਦੇ ਵਿੱਚ ਜਿਹੜੇ ਜਿਹੜੇ ਜਿੱਥੇ ਜਿਹੜੇ ਦੁਨੀਆਂ ਦੇ ਮਹਿੰਗੇ ਸ਼ਹਿਰ ਆ ਨਾ ਉੱਥੇ ਪ੍ਰੋਬਲਮ ਹੁੰਦੀ ਕਿਉਂਕਿ ਤੁਸੀਂ ਇੱਕ ਵਾਰੀ ਤੁਹਾਡਾ ਕੰਮ ਛੁੱਟ ਗਿਆ ਜਾਂ ਸੱਟ ਲੱਗ ਗਈ ਅਤੇ ਉਹਦੇ ਨਾਲ ਤੁਸੀਂ ਉਹ ਟਰੈਕ ਤੋਂ ਉੱਤਰ ਜਾਂਦੇ ਆ ਮੈਨੂੰ ਕਹਿੰਦਾ ਕੋਈ ਕਹਿੰਦਾ ਉਹ ਸਟਰੀਟ ਚ ਲਾ ਕੇ ਟੈਂਟ ਬਸ ਓਹੋ ਹੀ ਆ ਨਾ ਵੀ ਉਹ ਅੱਛਾ ਉਹ ਸਟਰੀਟ ਹੀ ਉਹਨਾਂ ਨੂੰ ਦੇ ਦਿੱਤੀ ਕੁਝ ਵਿਚਾਰੇ ਬਾਲੇ ਜੈਂਟਲਮੈਨ ਜਿਹੇ ਨਾ ਜਿਹੜਾ ਤੈਨੂੰ ਆਖਣ ਡਿਆ ਗੋਡ ਬਲੈਸ ਯੂ ਪਹਿਲਾਂ ਨੇ ਕੋਟ ਕਾਟ ਪਾਇਆ ਕਿੱਡਾ ਵੀ ਡੀਸੈਂਟ ਆ ਹਨਾ ਜਵਾਨ ਡੀਸੈਂਟ ਸੀ ਹਨਾ ਬਣਾਏ ਤੇ ਉਹ ਇੱਕ ਕੁੜੀ ਠੰਡ ਚ ਕੰਬਣ ਡਈ ਬਾਹਰ ਹਨਾ ਓਹਦੇ ਵਿਚ ਜਦੋਂ ਸੱਟ ਵਗੈਰਾ ਲੱਗਦੀ ਆ ਨਾ ਕਈ ਲੋਕੀ ਕਹਿੰਦੇ ਉਹਨਾਂ ਦਾ ਉਸੇ ਟ੍ਰੀਟਮੈਂਟ ਨਹੀਂ ਹੁੰਦਾ ਕਈਆਂ ਦਾ ਤੇ ਉਹਨੇ ਟਾਈਮ ਉਹ ਆਪਣੀ ਉਹਨੂੰ ਤੰਗੀ ਨੂੰ ਘੱਟ ਕਰਨ ਵਾਸਤੇ ਡਰੱਗ ਲੈ ਲੈਂਦੇ ਆ ਉਹ ਤੰਗੀ ਨੂੰ ਘੱਟ ਕਰਨ ਦਾ ਡਰੱਗ ਜਿਹਦੇ ਕਰਮਾਂ ਚ ਸਾਰੇ ਇਕੱਠੇ ਬੈਠੇ ਆ ਸ਼ੇਅਰ ਕਰਦੇ ਥੋੜੇ
ਕੱਲ ਨੂੰ ਜੇ ਬੇਲਾ ਚੱਲੀਏ ਫਿਰ ਵੈਨਕੂਵਰ ਟ੍ਰੇਨ ਚ ਚਲਾਂਗੇ ਚੱਲ ਚੱਲਾਂਗੇ ਚੱਲ ਚੱਲਾਂਗੇ ਦਿਖਾ ਦਾਂਗੇ ਲੋਕਾਂ ਨੂੰ ਗੱਲ ਉਹੀ ਨਾ ਵੀ ਜਿੱਦਾਂ ਕਈਆਂ ਲੋਕਾਂ ਨੂੰ ਲੱਗਦਾ ਵੀ ਕਿਸੇ ਇੱਕ ਧਰਤੀ ਤੇ ਪਹੁੰਚ ਜਾਣਾ ਹੀ ਬਹੁਤ ਹੁੰਦਾ ਹਣਾ ਹੁਣ ਇਸੇ ਧਰਤੀ ਤੇ ਹੀ ਆ ਧਰਤੀ ਦੇ ਪਾਸਪੋਰਟ ਵੀ ਸੋ ਜਸਟ ਇਹ ਨਹੀਂ ਇਨਾਫ ਹੁੰਦਾ ਸੋ ਤੁਹਾਡੇ ਅੰਦਰ ਉਹ ਚੀਜ਼ ਵੀ ਹੋਣੀ ਚਾਹੀਦੀ ਕਾਮਯਾਬ ਹੋਣ ਵਾਸਤੇ ਨਾ ਠੀਕ ਆ ਆਪਣਾ ਸਿਸਟਮ ਇੰਡੀਆ ਦੇ ਵਿੱਚ ਆਪਾਂ ਨੂੰ ਨਹੀਂ ਉੱਠਣ ਦਿੰਦਾ ਬਹੁਤ ਖਾਮੀ ਆ ਪਰ ਕਈ ਇੱਥੇ ਆ ਕੇ ਵੀ ਨਹੀਂ ਕਾਮਯਾਬ ਹੁੰਦੇ ਕਿਉਂਕਿ ਉਹ ਚੀਜ਼ ਹੀ ਨਹੀਂ ਹੁੰਦੀ ਹਨਾ ਬੰਦੇ ਦੇ ਅੰਦਰ ਨਹੀਂ ਹੁੰਦੀ ਹਾਂ ਉਹ ਬੰਦੇ ਦੇ ਵਿੱਚ ਆਇਰਨੀ ਵੀ ਦੇਖੋ ਤੁਸੀਂ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਕੈਨੇਡਾ ਸਟਿਲ ਇੱਥੇ ਮਹਾਰਾਜ ਰਾਣੀ ਦੀ ਪੂਰੀ ਤੱਕ ਆ ਇੱਥੇ ਉਹਦੇ ਅੰਡਰ ਹੀ ਆ ਸਾਰਾ ਕੁਛ ਸਟਿਲ ਅਜੇ ਮਿੱਤਰਾਂ ਦਾ ਨਾਂ ਚੱਲਦਾ ਉਹਦਾ ਉਹ ਕਹਿ ਆਦੀ ਸਹੀ ਗੱਲ ਮਿੱਤਰਾਂ ਦਾ ਨਾਂ ਚੱਲਦਾ ਟਾਇਰ ਦੀ ਬ੍ਰੇਕ ਹੋਲ ਤੇ ਦੂਜੇ ਪਾਸੇ ਦੱਬ ਕੇ ਮੁੜ ਜਾਣੀ ਉਹਨੇ ਪੰਜਾਬੀ ਸਪੀਕ ਸਹੀ ਹੈ ਹਾਂਜੀ ਵਧੀਆ ਸੀ ਅੰਗਰੇਜ਼ੀ ਬਹੁਤ ਨਹੀਂ ਅੰਗਰੇਜ਼ੀ ਤੇ ਮੈਨੂੰ ਪਤਾ ਤੂੰ ਵਧੀਆ ਬੋਲੇ ਨਾ ਜਾਣ ਕੇ ਡਰਾਮੇ ਕਰਦਾ ਨਾ